ਲੋਕੀ ਭੁੱਲ ਗਏ ਪਜਾਮੇ ਪਾਣੇ ਜਦੋਂ ਦੇ ਬਰਮੂਡੇ ਆ ਗਏ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਫਾਂਟੇਦਾਰ ਪਜਾਮੇ ਪਾਉਣ ਦਾ ਟੈਕਨੀਕਲ ਤਰੀਕਾ। ਫਾਂਟੇਦਾਰ ਦਾ ਮਤਲਬ ਹੁੰਦਾ ਹੈ ਧਾਰੀਆਂ ਵਾਲਾ ਪਜਾਮਾ। ਧਾਰੀਆਂ ਵਾਲੇ ਪਜਾਮੇ ਦਾ ਸਭ ਨਾਲੋਂ ਵੱਡਾ ਫਾਇਦਾ ਇਹ ਹੁੰਦਾ ਕਿ ਜੇ ਕਦੀ ਤੁਹਾਡਾ ਡਰ ਨਾਲ ਪਿਸ਼ਾਬ ਵੀ ਨਿਕਲ ਜਾਏ ਤਾਂ ਧਾਰੀ ਦੇ ਨਾਲ ਨਾਲ ਹੀ ਥੱਲੇ ਆ ਜਾਂਦਾ, ਲੋਕਾਂ ਨੂੰ ਪਤਾ ਨਹੀਂ ਲੱਗਦਾ, ਤੁਹਾਡੀ ਬਾਜਰੀ ਕਾਇਮ ਰਹਿੰਦੀ ਹੈ। ਪਜਾਮਾ ਪਾਉਣ ਦਾ ਗੋਲਡਨ ਰੂਲ ਇਹ ਹੈ ਕਿ ਪਜਾਮੇ ਦੇ ਵਿੱਚ ਨਾਲਾ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਪਜਾਮੇ ਦੇ ਵਿੱਚ ਨਾਲਾ ਨਹੀਂ ਹੋਏਗਾ ਤਾਂ ਉਹ ਗ੍ਰੈਵੀਟੇਸ਼ਨਲ ਫੋਰਸ ਦੇ ਨਾਲ ਹੀ ਥੱਲੇ ਡਿੱਗ ਜਾਏਗਾ। ਹੁਣ ਫੋਰਸ ਕੈਲਕੂਲੇਟ ਕਰਨ ਦਾ ਬੜਾ ਸਿੰਪਲ ਤਰੀਕਾ ਹੁੰਦਾ, ਫੋਰਸ ਇਜ਼ ਇਕੁਅਲ ਟੂ ਐਮ ਇੰਟੂ ਜੀ, ਵੇਅਰ ਐਮ ਇਜ਼ ਮਾਸ ਆਫ ਪਜਾਮਾ ਐਂਡ ਜੀ ਇਜ਼ ਗ੍ਰੈਵੀਟੇਸ਼ਨਲ ਫੋਰਸ। ਚਲੋ ਇਹਨਾਂ ਗੱਲਾਂ 'ਚ ਨਹੀਂ ਪੈਂਦੇ। ਹੁਣ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਨਾਲੇ ਦੀ ਜਿਹੜੀ ਲੰਬਾਈ ਹੈ ਉਹ ਘੇਰੇ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ, ਮਤਲਬ ਸਰਕਮਫਰੈਂਸ ਨਾਲੋਂ ਜ਼ਿਆਦਾ ਹੋਣੀ ਚਾਹੀਦੀ ਹੈ। ਸਰਕਮਫਰੈਂਸ ਕੈਲਕੂਲੇਟ ਕਰ ਲਓ, ਬੜਾ ਸਿੰਪਲ ਤਰੀਕਾ ਹੈ। ਸਰਕਮਫਰੈਂਸ ਇਜ਼ ਇਕੁਅਲ ਟੂ 2πr, ਵੇਅਰ ਆਰ ਇਜ਼ ਰੇਡੀਅਸ ਆਫ ਉੱਪਰਲਾ ਪਜਾਮਾ। ਪਜਾਮਾ ਪਾਉਣ ਦੇ ਆਲ ਓਵਰ ਵਰਲਡ ਦੋ ਹੀ ਤਰੀਕੇ ਨੇ, ਇੱਕ ਤਾਂ ਹੈ ਕਿ ਪਜਾਮਾ ਸਾਹਮਣੇ ਰੱਖੋ ਵਿੱਚ ਲੱਤਾਂ ਪਾ ਦਿਓ, ਦੂਜਾ ਹੁੰਦਾ ਹੈ ਕਿ ਲੱਤਾਂ ਸਾਹਮਣੇ ਰੱਖੋ ਵਿੱਚ ਪਜਾਮਾ ਪਾ ਦਿਓ। ਅਤੇ ਹੁਣ ਪ੍ਰੀਕੋਸ਼ਨ, ਵੀ ਪਜਾਮਾ ਪਾਉਣ ਵਕਤ ਸਭ ਨਾਲੋਂ ਜ਼ਿਆਦਾ ਖਿਆਲ ਇਸ ਚੀਜ਼ ਦਾ ਰੱਖਣਾ ਹੈ ਕਿ ਪਜਾਮਾ ਪਾਉਣ ਵਕਤ ਕੋਈ ਨਾ ਕੋਈ ਕੰਧ, ਬਾਰੀ ਜਾਂ ਬੂਹਾ ਲਾਗੇ ਛਾਗੇ ਜ਼ਰੂਰ ਹੋਣਾ ਚਾਹੀਦਾ, ਨਹੀਂ ਤਾਂ ਬੰਦਾ ਕਦੀ ਵੀ ਲੰਗੜਾ ਕੇ ਡਿੱਗ ਸਕਦਾ। ਲਓ ਜੀ, ਇੱਕ ਵਾਰ ਬਾਥਰੂਮ 'ਚੋਂ ਠਾਹ ਦੀ ਆਵਾਜ਼ ਆਈ, ਜਨਾਨੀ ਨੇ ਪੁੱਛਿਆ ਕੀ ਹੋਇਆ, ਅੰਦਰੋਂ ਬੰਦਾ ਕਹਿੰਦਾ ਜੀ ਪਜਾਮਾ ਡਿੱਗ ਗਿਆ। ਕਹਿੰਦਾ ਪਜਾਮਾ ਡਿੱਗਣ ਦੀ ਇੰਨੀ ਆਵਾਜ਼ ਨਹੀਂ? ਕਹਿੰਦਾ ਪਜਾਮੇ ਵਿੱਚ ਮੈਂ ਵੀ ਸੀਗਾ। ਅਤੇ ਦੋਸਤੋ ਇਹ ਸੀਗਾ ਕਿ ਫਾਂਟੇਦਾਰ ਪਜਾਮਾ ਕਿੱਦਾਂ ਪਾਈਦਾ। ਫਿਰ ਕਦੀ ਟਾਈਮ ਲੱਗਾ ਤਾਂ ਤੁਹਾਨੂੰ ਜ਼ਰੂਰ ਦੱਸਾਂਗੇ ਕਿ ਇੱਕ ਮੱਗੇ ਪਾਣੀ ਨਾਲ ਕਿੱਦਾਂ ਨਹਾਈਦਾ।